ਹੱਥ ਵਿੱਚ ਕਾਗਜ਼ ਫੜੀ ਥਾਣੇ ਦੇ ਬਾਹਰ ਖੜੀ ਇਸ ਲੜਕੀ ਦੇ ਨਾਲ ਵੱਡੀ ਠੱਗੀ ਹੋਈ ਹੈ। ਇੱਕ ਫੋਨ ਕਾਲ ਤੇ ਹੀ 48,000 ਰੁਪਏ ਇਸ ਦੇ ਅਕਾਊਂਟ ਦੇ ਵਿੱਚੋਂ ਗਾਇਬ ਹੋ ਗਏ। ਜੀ ਹਾਂ, ਇਸ ਪੜ੍ਹੀ ਲਿਖੀ ਲੜਕੀ ਦੇ ਵੱਲੋਂ ਇੱਕ ਵੱਡੀ ਲਾਪਰਵਾਹੀ ਹੋਈ, ਜਿਸ ਕਰਕੇ ਇਸ ਦੇ ਅਕਾਊਂਟ ਦੇ ਵਿੱਚੋਂ 48,600 ਰੁਪਏ ਠੱਗਾਂ ਨੇ ਕੱਢ ਲਏ। ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਲੜਕੀ ਨੂੰ ਪੈਸੇ ਕਢਵਾਉਣ ਦਾ ਮੈਸੇਜ ਆਇਆ। ਦਰਅਸਲ ਇਸ ਲੜਕੀ ਨੂੰ ਇੱਕ ਫੋਨ ਕਾਲ ਆਉਂਦੀ ਹੈ, ਜਿਸ ਦੇ ਵਿੱਚ ਆਪਣੇ ਆਪ ਨੂੰ ਬੈਂਕ ਦਾ ਕਰਮਚਾਰੀ ਦੱਸਦਾ ਹੋਇਆ ਇਹ ਠੱਗ ਕਿਸੇ ਸਰਵਿਸ ਨੂੰ ਆਨ ਕਰਨ ਦੇ ਲਈ ਕਹਿੰਦਾ ਹੈ। ਲੜਕੀ ਦੇ ਵੱਲੋਂ ਵੀ ਬਿਨਾਂ ਸੋਚੇ ਸਮਝੇ ਸਰਵਿਸ ਨੂੰ ਆਨ ਕਰ ਦਿੱਤਾ ਜਾਂਦਾ ਹੈ। ਪਹਿਲਾਂ ਇੱਕ ਐਪ ਡਾਊਨਲੋਡ ਕਰਵਾਈ ਜਾਂਦੀ ਹੈ ਅਤੇ ਫਿਰ ਜਿਵੇਂ ਜਿਵੇਂ ਇਹ ਠੱਗ ਹਿਦਾਇਤ ਕਰਦਾ ਹੈ ਉਸੇ ਤਰ੍ਹਾਂ ਇਹ ਲੜਕੀ ਆਪਣੀ ਕ੍ਰੈਡਿਟ ਕਾਰਡ ਦੀ ਡਿਟੇਲ ਭਰਦੀ ਹੈ, CVV ਨੰਬਰ ਭਰ ਦਿੰਦੀ ਹੈ, ਜਿਸ ਤੋਂ ਬਾਅਦ ਉਸਦੇ ਅਕਾਊਂਟ ਦੇ ਵਿੱਚੋਂ 48,600 ਰੁਪਏ ਕਢਵਾ ਲਏ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਬੈਂਕਾਂ ਦੇ ਵੱਲੋਂ ਖੁਦ ਵੀ ਮੈਸੇਜ ਕਰਕੇ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਆਪਣੇ ਬੈਂਕ ਦੀ ਡਿਟੇਲ, ਅਕਾਊਂਟ ਨੰਬਰ, ਕ੍ਰੈਡਿਟ ਕਾਰਡ ਦੀ ਡਿਟੇਲ ਕੁਝ ਵੀ ਕਿਸੇ ਨਾਲ ਵੀ ਸਾਂਝਾ ਨਾ ਕੀਤਾ ਜਾਏ। ਪਰ ਫਿਰ ਵੀ ਇਸ ਲੜਕੀ ਦੇ ਵੱਲੋਂ ਲਾਪਰਵਾਹੀ ਵਰਤਦਿਆਂ ਆਪਣੇ ਕ੍ਰੈਡਿਟ ਕਾਰਡ ਦੀ ਡਿਟੇਲ ਖੁਦ ਠੱਗਾਂ ਦੇ ਕਹਿਣ ਤੇ ਉਸ ਐਪਲੀਕੇਸ਼ਨ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਤੇ ਨਾਲ ਹੀ CVV ਨੰਬਰ ਵੀ, ਅਤੇ ਜਿਵੇਂ ਹੀ ਉਸਨੂੰ ਮੈਸੇਜ ਆਉਂਦਾ ਹੈ ਤਾਂ ਉਸਦੇ ਹੋਸ਼ ਉੜ ਜਾਂਦੇ ਨੇ ਕਿ ਉਸਦੇ ਬੈਂਕ ਅਕਾਊਂਟ ਦੇ ਵਿੱਚੋਂ 48,600 ਰੁਪਏ ਉੜ ਜਾਂਦੇ ਨੇ। ਲੜਕੀ ਦੇ ਵੱਲੋਂ ਹੁਣ ਪੁਲਿਸ 'ਚ ਸ਼ਿਕਾਇਤ ਦਿੱਤੀ ਗਈ ਹੈ ਤੇ ਸਾਈਬਰ ਕ੍ਰਾਈਮ ਨੂੰ ਵੀ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਸਨੇ ਦੱਸਿਆ ਹੈ ਕਿ ਉਸ ਨਾਲ ਕਿਸ ਤਰ੍ਹਾਂ ਇਹ ਠੱਗੀ ਹੋਈ ਹੈ। ਲੋਕਾਂ ਨੂੰ ਵਾਰ ਵਾਰ ਆਗਾਹ ਕੀਤਾ ਜਾਂਦਾ ਆ ਕਿ ਕਿਸੇ ਤਰ੍ਹਾਂ ਦੀ ਵੀ ਅਣਜਾਣ ਕਾਲ ਤੇ ਆਪਣੀ ਕੋਈ ਵੀ ਬੈਂਕ ਡਿਟੇਲ ਨਾ ਸਾਂਝੀ ਕੀਤੀ ਜਾਵੇ, ਪਰ ਫਿਰ ਵੀ ਲੋਕ ਠੱਗਾਂ ਦੇ ਝਾਂਸੇ 'ਚ ਆ ਹੀ ਜਾਂਦੇ ਨੇ। ਜਿਵੇਂ ਕਿ ਇਹ ਲੜਕੀ ਵੀ ਆ ਗਈ, ਉਸਨੇ ਆਪਣੇ ਫੋਨ ਦੇ ਵਿੱਚ ਕਾਲ ਵੀ ਦਿਖਾਈ ਹੈ ਜਿਸ ਨੰਬਰ ਤੋਂ ਆਈ ਹੈ, ਅਤੇ ਨਾਲ ਹੀ ਉਹ ਮੈਸੇਜ ਵੀ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਉਸਦੇ ਅਕਾਊਂਟ ਦੇ ਵਿੱਚੋਂ ਪੈਸੇ ਉੱਡੇ ਹੋਏ ਨੇ, ਕਢਵਾ ਲਏ ਗਏ ਨੇ। ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਇਹ ਲੜਕੀ ਜੋ ਖੁਦ ਦੱਸ ਰਹੀ ਹੈ ਕਿ ਕਿਵੇਂ ਠੱਗਾਂ ਨੇ ਉਸਨੂੰ ਕਾਲ ਕੀਤੀ ਅਤੇ ਉਹਨਾਂ ਦੇ ਝਾਂਸੇ 'ਚ ਆ ਕੇ ਉਸਨੇ ਖੁਦ ਹੀ ਆਪਣੇ ਕ੍ਰੈਡਿਟ ਕਾਰਡ ਦੀ ਡਿਟੇਲ ਭਰੀ, CVV ਨੰਬਰ ਭਰਿਆ ਅਤੇ ਫਿਰ ਉਸਦਾ ਖਾਤਾ ਖਾਲੀ ਹੋ ਗਿਆ। ਹੁਣ ਇਸ ਲੜਕੀ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਗੁਹਾਰ ਲਗਾਈ ਜਾ ਰਹੀ ਹੈ ਕਿ ਠੱਗਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ। ਹਰਪ੍ਰੀਤ ਕੌਰ ਮੇਰਾ ਨਾਮ ਆ, DC ਆਫਿਸ ਪੁਲਿਸ ਦੀ ਰਹਿਣ ਵਾਲੇ ਹਾਂ। ਕੀ ਮਾਮਲਾ ਹੋਇਆ ਮਾਮਲਾ ਇਹ ਹੈ ਸਰ ਕਿ ਮੈਨੂੰ ਕਾਲ ਆਈ, ਠੀਕ ਹੈ, ਜੋ ਕਿ ਬੋਲ ਰਹੇ ਸੀ ਅਸੀਂ ICIC ਬੈਂਕ ਤੋਂ ਹਾਂ, ਠੀਕ ਹੈ। ਬਸ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ, ਮੈਂ ਮੋਟਰ ਸਰਵਿਸ ਔਨ ਕੀਤੀ, ਠੀਕ ਹੈ, ਬੋਲੇ ਤੁਹਾਡੇ ਅਕਾਊਂਟ 'ਚੋਂ ਨਹੀਂ ਤਾਂ 4,000 ਆਈ ਮੰਥ ਲੱਗੇ ਕੱਟ ਹੋ ਜਾਏਗੇ, ਠੀਕ ਹੈ। ਤਾਂ ਫਿਰ ਕਿ ਉਹਨਾਂ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ, ਠੀਕ ਹੈ, ਅਤੇ ਬਸ ਮੈਂ ਉਹ ਓਪਨ ਕੀਤੇ। ਪਹਿਲਾਂ ਉਹਨਾਂ ਨੇ ਮੈਨੂੰ ਇੱਕ ICIC ਬੈਂਕ ਦੀ iMobile ਦੀ ਐਪ ਹੈ ਉਹ ਓਪਨ ਕਰਾਈ, ਠੀਕ ਹੈ। ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ, ਮੈਂ ਕਿਹਾ ਨਹੀਂ ਇੱਦਾਂ ਕੁਛ ਵੀ ਨਹੀਂ ਹੈ, ਠੀਕ ਹੈ। ਫਿਰ ਉਹਨਾਂ ਨੇ ਇੱਕ ਐਪ ਕੀਤੀ ਅਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡਾ ਹੈਗਾ ਸਰਵਿਸ, ਕੁਛ ਉਹਨਾਂ ਨੇ ਵਰਡ ਦੱਸੇ, ਕਹਿੰਦੇ ਉਹ ਔਫ ਕਰ ਦਿਉ, ਮੈਂ ਔਫ ਕੀਤੇ, ਠੀਕ ਹੈ। ਕਹਿੰਦੇ ਕ੍ਰੈਡਿਟ ਕਾਰਡ ਨੰਬਰ ਭਰ ਕੇ ਅਤੇ CV ਭਰ ਦਿਉ, ਮੈਂ ਕ੍ਰੈਡਿਟ ਕਾਰਡ ਨੰਬਰ ਭਰ ਕੇ ਉਹ CV ਭਰਿਆ, ਬਸ ਇੰਨੇ ਨੂੰ ਮੇਰੇ ਅਕਾਊਂਟ 'ਚ ਪੈਸੇ ਕਿੰਨੇ ਪੈਸੇ 48,600 ਸਰ। ਮੈਂ ਜੋਬ ਕਰਦੀ ਹਾਂ, ਮੰਮਾ ਮੇਰੇ ਗੌਰਮੈਂਟ ਜੋਬ ਕਰਦੇ ਆ, ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰਦੀ ਹਾਂ, ਇਹਨਾਂ ਨੂੰ ਮੇਰੇ ਕ੍ਰੈਡਿਟ ਕਾਰਡ 'ਚੋਂ 48,600 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਏ। ਹਾਂਜੀ, ਮੈਂ ਇਹਨਾਂ ਨੂੰ ਫਿਲਹਾਲ ਤਾਂ SSP ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਉਣ ਨਾ ਆਉਣ ਵਟਐਵਰ, ਬਟ ਇੱਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ। ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਆ ਮੈਨੂੰ ਪਤਾ, ਠੀਕ ਹੈ, ਔਰ ਨੰਬਰ ਹੈਗਾ 9142
2274 ਕੀ ਮੰਗ ਕਰਦੇ ਰਿਕਾਰਡਿੰਗ ਤੁਸੀਂ? ਔਰ ਇਹ ਬੰਦੇ ਨੇ ਸ਼ਰਿਆਮ ਆਪਣਾ ਐਪ ਵੀ ਚਲਾਇਆ ਹੋਇਆ, ਠੀਕ ਹੈ, ਹਾਂਜੀ ਵਟਸਐਪ, ਸੋਰੀ ਵਟਸਐਪ ਵੀ ਚਲਾਇਆ ਹੋਇਆ ਤੇ ਇੱਕ ਮਿੰਟ ਅਸੀਂ ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICICI ਬੈਂਕ, ਠੀਕ ਹੈ। ਕੀ ਮੰਗ ਕਰਦੇ? ਚਲੋ ਮੈਂ ਡਿਊ ਜੋਬ ਕਰਦੇ ਸੀ, ਜੋਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ, ਠੀਕ ਹੈ, ਤੇ ਮੈਂ ਉਹ ਭਰ ਬੈਠੀ ਕਿਉਂਕਿ ਮੈਂ ਥੋੜਾ ਜਿਹਾ ਉਲਝਾ ਲਿਆ ਉਹਨਾਂ ਨੇ ਗਲਤ, ਮੇਰਾ ਖੁਦ ICICI ਬੈਂਕ ਚ ਖਾਤਾ। ਤੇ ਇਸ ਰਿਕਾਰਡਿੰਗ ਤੁਸੀਂ ਗੱਲ ਕੀਤੀ ਬੈਂਕ ਦੇ ਨਾਲ ਵੀ ਮੇਰੇ ਪੈਸੇ ਕੱਟੇ ਗਏ ਨੇ ਜੀ? ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨੇ, ਮੇਰੇ ਕਾਰਡ ਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ? ਨਹੀਂ, ਫਿਲਹਾਲ ਸਰ ਸੰਡੇ ਦਾ ਦਿਨ ਸੀ, ਨੈਕਸਟ ਡੇ, ਠੀਕ ਹੈ, ਫਿਲਹਾਲ ਤਾਂ ਮੈਂ ਉਸ ਤੇ ਲੋ ਪਰੇਸ਼ਾਨੀ ਹੋ ਗਈ ਸਰ ਤੇਰੇ ਵੱਲ ਦੀ, ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਗੱਲਬਾਤ ਸੁਣੀ ਗਈ, ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ। ਕੀ ਮੰਗ ਕਰਦੇ ਹੋ ਤੁਸੀਂ? ਪਰ ਮੈਂ ਇਹ ਹੈ ਕਿ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਅਤੇ ਕਿਸੇ ਹੋਰ ਨਾਲ ਧੋਖਾਧੜੀ ਨਾ ਹੋਵੇ, ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ, ਔਰ ਜੋ ਕਿ ਸ਼ਰਿਆਮ ਵਟਸਐਪ ਚਲਾਈ ਬੈਠਾ ਔਰ ਸ਼ਰਿਆਮ ਮੈਨੂੰ ਕਾਲ ਮੈਸੇਜ ਕਰਦਾ। ਹਾਂਜੀ, ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ, ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ? ਮੈਂ ਇਹ ਚਾਹੁੰਦੀ ਹਾਂ ਕਿ ਜਿਸ ਨੂੰ ਵੀ ਥੋੜ੍ਹਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋਂ ਕਦੇ ਵੀ ਕੋਈ ਵੀ ਬਿਨਾਂ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾਂ ਕੋਈ ਵੀ, ਜੇ ਉਹਨਾਂ ਨੂੰ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੀ ਆਹ ਕੋਈ ਓਪਨ ਆ ਕੋਈ ਆਹ ਐਪ ਚੱਲ ਰਹੀ ਹੈ, ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ 'ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਂਦੀ ਹਾਂ। ਕੁਛ ਮੈਨੂੰ ਵੀ ਇੱਕ ਮਿੰਟ ਬਾਅਦ ਜਦ ਮੈਨੂੰ ਆਈ ਮੈਂ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਧੋਖਾ ਹੋ ਚੁੱਕਿਆ, ਤਾਂ ਬਸ ਇਹੀ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਛ ਵੀ ਵਟ ਐਵਰ, ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ, ਕਸਟਮਰ ਕੇਅਰ ਨੂੰ ਕਾਲ ਕਰੋ। ਤੁਹਾਡੇ ਨਾਲ ਫੋਨ ਆਇਆ ਸੀਗਾ, ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ, ਹਾਂਜੀ, ਉਸ ਨਾਲ ਕੋਈ ਗੱਲਬਾਤ ਹੋਈ ਸਰ? ਪਹਿਲਾਂ ਉਹਨਾਂ ਨੇ ਦਰਅਸਲ ਮੈਨੂੰ ਯਕੀਨ ਤਾਂ ਕਹਿੰਦੇ ਆਈ ਮੋਬਾਈਲ ਔਨ ਕਰੋ, ਉਹਨਾਂ ਨੇ ਕਰਵਾਈ ਕਹਿੰਦੇ ਆਈ ਮੋਬਾਈਲ ਨਹੀਂ, ਚਲੋ ਤੁਹਾਨੂੰ ਇੱਕ ਐਪ ਕਰਦੇ ਹਾਂ ਉਹ ਕਰਵਾ ਕੇ ਅਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ। ਮੈਂ ਕ੍ਰੈਡਿਟ ਕਾਰਡ 'ਤੇ ਆਪਣਾ ਉਹ ਕੀਤਾ ਭਰਿਆ ਅਤੇ CV ਨੰਬਰ ਭਰਤਾ, ਉਸ ਤੋਂ ਬਾਅਦ ਗੱਲਬਾਤ ਨਹੀਂ ਜਦੋਂ ਤੁਹਾਡੇ ਪੈਸੇ? ਹਾਂਜੀ ਹੋਏ ਆ, ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੂੰ ਕਹਿੰਦੇ ਮੈਮ ਅਸੀਂ 24 ਘੰਟੇ 'ਚ ਤੁਹਾਨੂੰ ਪੇਮੈਂਟ ਵਾਪਸ ਕਰ ਦਾਂਗੇ, ਤੁਸੀਂ ਨਾ ਟੈਨਸ਼ਨ ਲਓ। ਫਿਰ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਡਾ ਮਤਲਬ ਨਹੀਂ ਬਣਦਾ ਮੇਰੀ ਪੇਮੈਂਟ ਹਲਾਉਣ ਦਾ। ਹਾਂਜੀ ਮੈਂ SSP ਦਫ਼ਤਰ ਕੰਪਲੇਂਟ ਪਾਈ ਹੈ ਜੀ। ਮੰਗ ਇਹੀ ਹੈ ਸਰ ਕਿ ਇਸ ਬੰਦੇ ਨੂੰ ਜਲਦੀ ਜਲਦੀ ਫੜਿਆ ਜਾਵੇ, ਔਰ ਕਿਸੇ ਦੀ ਵੀ ਹੈ ਮੇਰੇ ਨਾਲ ਆ ਕਿਸੇ ਨਾਲ ਹੋਰ ਵੀ ਲੱਖਾਂ ਦੀ ਕਰਨਗੇ। ਹਾਂਜੀ ਸਰ, ਥੈਂਕ ਯੂ ਸਰ।